ਉੱਤਰਾਖੰਡ ਵਾਸੀ ਸ਼੍ਰੀਮਾਨ ਸੰਤ ਬਾਬਾ ਸੁਖਦੇਵ ਸਿੰਘ ਜੀ ਸਰਿਸਰ ਲਾਹੌਰਾਂ ਸਾਹਿਬ ਵਾਲਿਆਂ ਦੀ ਜਿਹੜੀ ਬਰਸੀ ਆ ਉਹ ਇਸ ਸਥਾਨ 'ਤੇ ਮਨਾਈ ਜਾਂਦੀ ਆ। ਪਰ ਤੁਹਾਨੂੰ ਅੱਜ ਦੀਆਂ ਜਿਹੜੇ ਤਸਵੀਰਾਂ ਦਿਖਾ ਰਹੇ ਹਾਂ ਵੱਡਾ ਪੰਡਾਲ ਆ ਜਿਹੜਾ ਸਜਾ ਹੋਇਆ ਜਿੱਥੋਂ ਕਿ ਰਾਗੀ ਢਾਡੀ ਪਹੁੰਚੇ ਹੋ ਰਹੇ ਸੰਗਤਾਂ ਜਿਹੜੇ ਨਤਮਸਤਕ ਹੋ ਰਹੀਆਂ ਇਸ ਗੁਰੂ ਘਰ ਦੇ ਵਿੱਚ ਧੁੱਟ ਲੰਗਰ ਨੇ ਜਿਹੜੇ ਵਰਤਾਏ ਜਾ ਰਹੇ। ਸਭ ਤੋਂ ਵੱਡੀ ਗੱਲ ਇਹ ਵੀ ਆ ਕਿ ਖੂਨਦਾਨ ਕੈਂਪ ਅਤੇ ਮੈਡੀਕਲ ਕੈਂਪ ਦਾ ਵੀ ਆਯੋਜਨ ਕੀਤਾ ਗਿਆ ਜਿੱਥੋਂ ਕਿ ਸੰਗਤਾਂ ਦੇ ਰਹਿਣ ਦੇ ਲਈ ਵੀ ਜਿਹੜਾ ਤਿੰਨ ਫਤਿਹ ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ। ਅੱਜ ਗੁਰਦੁਆਰਾ ਸਿਰਸਾ ਲਾਹੌਰਾਂ ਵਿਖੇ 27 ਜੂਨ 1922 ਦਿਨ ਸੋਮਵਾਰ ਨੂੰ
ਸੰਤ ਬਾਬਾ ਸੁਖਦੇਵ ਸਿੰਘ ਜੀ ਮਹਾਰਾਜ ਦੀ ਸਲਾਨਾ ਬਰਸੀ ਮਨਾਈ ਗਈ, ਜਿਸ ਵਿੱਚ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਨੇ ਹਾਜ਼ਰੀਆਂ ਲਵਾਈਆਂ। ਬਹੁਤ ਸਾਰੀ ਸੰਗਤ ਨੇ ਖੰਡੇ ਬੱਟ ਦਾ ਅੰਮ੍ਰਿਤ ਛਕਿਆ ਅਤੇ ਅਨੇਕਾਂ ਸਤਿਕਾਰਯੋਗ ਮਹਾਂਪੁਰਸ਼ਾਂ ਨੇ, ਹਜ਼ੂਰੀ ਦਰਬਾਰ ਸਾਹਿਬ ਦੇ ਰਾਗੀ ਜਥੇ ਨੇ, ਢਾਡੀ ਸਿੰਘਾਂ ਨੇ, ਕਵਿਸ਼ਰ ਸਿੰਘਾਂ ਨੇ ਸੰਗਤਾਂ ਨੂੰ ਗੁਰਬਾਣੀ ਦੇ ਇਤਿਹਾਸ ਦੁਆਰਾ ਜਾਣੂ ਕਰਵਾਇਆ ਅਤੇ ਪ੍ਰਸ਼ਾਸਨ ਨੇ ਬੜੇ ਨੇਕ ਦਿਲੀ ਨਾਲ ਆਪਣੀ ਡਿਊਟੀਆਂ ਨਿਭਾਈਆਂ ਅਤੇ ਸੰਗਤਾਂ ਦੀ ਸੇਵਾ ਕਰਕੇ ਖੁਸ਼ੀਆਂ ਲਈਆਂ। ਅਸੀਂ ਸਾਰੀ ਸੰਗਤ ਦਾ ਜਿੱਥੇ ਧੰਨਵਾਦ ਕਰਦੇ ਹਾਂ, ਉੱਥੇ ਕਾਰਪੁਰਖੀ ਅਰਦਾਸ ਬੇਨਤੀ ਕਰਦੇ ਹਾਂ ਕਿ ਸਾਰੀ ਕੀਤੀ ਸੰਗਤਾਂ ਦੀ ਸੇਵਾ ਸਫਲੀ ਹੋਵੇ, ਚੜ੍ਹਦੀਆਂ ਕਲਾਂ ਬਖਸ਼ਣ ਸਾਰੀਆਂ ਸੰਗਤਾਂ ਦੇ ਸਿਰ 'ਤੇ ਮਿਹਰ ਭਰਿਆ ਥੱਕਣ ਅਤੇ ਸਾਰੀ ਸੰਗਤ ਤੋਂ ਅਸੀਂ ਖਿਮਾ ਮੰਗਦੇ ਹਾਂ ਕਿ ਐਡੇ ਵੱਡੇ ਸਮਾਗਮ ਦੇ ਵਿੱਚ ਭੁੱਲਾਂ ਹੋ ਜਾਣੀਆਂ ਸੁਭਾਵਿਕ ਹਨ, ਹੋ ਗਈ ਹੋਵੇ ਭੁੱਲ ਦਾ ਸਾਨੂੰ ਮਾਫ਼ ਕਰਨਾ ਜੀ। ਵਾਹਿਗੁਰੂ ਜੀ ਕਾ ਖਾਲਸਾ।